ਅਕਾਲ ਜੀ ਸਾਰੇ ਵੀਰਾਂ ਨੂੰ। ਮੈਂ ਅੰਮ੍ਰਿਤਪਾਲ ਸਿੰਘ ਪਹਿਲਵਾਨ ਅੰਮ੍ਰਿਤਸਰ ਤੋਂ, ਇਹ ਮੇਰਾ ਵੱਡਾ ਬ੍ਰਦਰ ਜਗਬੀਰ ਔਲਖ, ਅਸੀਂ ਅੰਮ੍ਰਿਤਸਰ ਤੋਂ ਗੱਲ ਕਰ ਰਹੇ ਹਾਂ ਜੀ। ਇਹ ਵੀਡੀਓ ਬਣਾਉਣ ਦਾ ਸੋਸ਼ਲ ਮੀਡੀਆ 'ਤੇ ਹਿੱਟ ਹੋਣਾ ਅਤੇ ਜਾਂ ਦੁਨੀਆ ਦੀ ਵਾਹ ਵਾਹ ਖੱਟਣੀ, ਇਹ ਸਾਡਾ ਕੋਈ ਮਕਸਦ ਨਹੀਂ ਅੱਜ। ਇਹ ਅੱਜ ਅਸੀਂ ਨਾ ਸਾਡੇ ਜਿੱਦਾਂ ਕਹਿੰਦੇ ਨਾ ਸਿਰੋਂ ਪਾਣੀ ਲੰਘਿਆ ਅਤੇ ਇਹ ਵੀਡੀਓ ਬਣਾਈ ਗਈ ਪਰਮਾਤਮਾ ਦੀ ਕਿਰਪਾ ਨਾਲ। ਵੈਸੇ ਵੀ ਇਹ ਵੀ ਇੱਕ ਬਹੁਤ ਵਧੀਆ ਪਹਿਲਵਾਨ ਰਹਿ ਚੁੱਕਿਆ ਅਤੇ ਮੈਂ ਮੌਜੂਦਾ ਹਾਂ, ਸਾਡੀਆਂ ਵੈਸੇ ਹੀ ਪਰਮਾਤਮਾ ਦੀ ਕਿਰਪਾ ਨਾਲ ਸੋਸ਼ਲ ਮੀਡੀਆ 'ਤੇ ਜਾਂ ਯੂਟਿਊਬ 'ਤੇ ਦੂਜੇ ਤੀਜੇ 'ਤੇ ਸਾਰੇ ਪਾਸੇ ਸਾਡੀਆਂ ਵੀਡੀਓ ਔਲਰੇਡੀ ਪਈਆਂ। ਅਸੀਂ ਕੋਈ ਮਸ਼ਹੂਰ ਹੋਣ ਦੇ ਮਾਰਿਆਂ ਨੇ ਵੀਡੀਓ ਨਹੀਂ ਬਣਾਈ। ਮਕਸਦ ਇਹ ਵੀਡੀਓ ਬਣਾਉਣ ਦਾ ਇਹ ਹੈ ਕਿ ਇੱਕ ਕੋਈ ਸਾਡਾ ਵੀਰ ਭਰਾ ਹੈ ਜਿਹਦਾ ਐਕਸੀਡੈਂਟਲੀ ਕੇਸ ਬਣਿਆ, ਉਹਦੀ ਲੱਤ ਇੰਨੀ ਜ਼ਿਆਦਾ ਵੱਢੀ ਗਈ ਇੱਕ ਥਾਂ ਤੋਂ ਕਿ ਡਾਕਟਰਾਂ ਨੇ ਉਹਦੀ ਲੱਤ 'ਤੇ ਓਪਰੇਸ਼ਨ ਕਰਨ ਤੋਂ ਮਨਾ ਕਰਤਾ। ਇੱਥੇ ਲਿਆਂਦਾ ਗਿਆ ਸੀ ਨਾ ਭਾਜੀ, ਪਹਿਲਾਂ ਇੱਥੇ ਲਿਆਂਦਾ, ਗੁਰੂ ਨਾਨਕ ਹਸਪਤਾਲ ਲਿਆਂਦਾ ਅਤੇ ਉਹਨੇ ਮਨਾ ਕਰਤਾ, ਲੱਤ ਜ਼ਿਆਦਾ ਵੱਢੀ ਗਈ। ਉਹ ਇਲਾਜ ਸਿਰਫ ਅਮਨਦੀਪ ਹਸਪਤਾਲ ਵਾਲਿਆਂ ਨੇ ਹਾਂ ਕੀਤੀ, ਉੱਥੇ ਹੁਣ ਆਏਗਾ ਇਲਾਜ ਉਹ ਅਮਨਦੀਪ ਹਸਪਤਾਲ ਲੈ ਗਏ, ਜਿੱਥੇ ਉਹਨਾਂ ਨੇ ਪਹਿਲਾਂ ਭਾਜੀ ਆਪਣਾ ਦੱਸਿਆ ਇਹਨਾਂ ਨੇ 2-3 ਲੱਖ ਰੁਪਇਆ ਗਿਆ ਸੀਗਾ, ਫਿਰ 2.5-3 ਲੱਖ ਰੁਪਈਆ ਉਹਨਾਂ ਨੇ ਦੱਸਿਆ ਸੀਗਾ ਕਿ ਇਹਦਾ ਇਲਾਜ 2-3 ਲੱਖ ਰੁਪਏ 'ਚ ਹੋਊਗਾ। ਅਤੇ ਚਲੋ ਜਿੱਦਾਂ ਵੀ ਆ, ਅਤੇ ਉਹ ਸਾਡਾ ਅੱਗੇ ਦੀ ਅੱਗੇ ਉਹ ਬੰਦਾ ਸਾਡਾ ਵਾਕਫ ਵੀ, ਅਸੀਂ ਉਹਦਾ ਪਤਾ ਲੈਣ ਪਹੁੰਚੇ। ਜਦੋਂ ਉਹਦਾ ਪਤਾ ਲੈਣ ਪਹੁੰਚੇ ਅਤੇ ਉਹਦੀ ਮਾਲੀ ਹਾਲਤ ਜਦੋਂ ਆਪਾਂ ਘਰ ਦੀ ਵੇਖੀ, ਅਤੇ ਭਾਈ ਉਹਦੇ ਘਰ ਉਹਦਾ ਪਿਓ ਭਾਜੀ 300 ਰੁਪਇਆ ਦਿਹਾੜੀ ਕਰਦਾ, 300 ਰੁਪਇਆ ਦਿਹਾੜੀ ਕਰਦਾ, ਅਤੇ ਨਾ ਉਹਦੇ ਘਰ ਰੋਟੀ, ਨਾ ਕੋਈ ਆਟਾ, ਨਾ ਦਾਲ, ਜਿੱਦਾਂ ਸਮਝ ਸਕਦੇ ਉਹ ਬੰਦਾ, ਉਹਦਾ ਪਿਓ 300 ਰੁਪਇਆ ਦਿਹਾੜੀ ਕਰਦਾ। ਉਹਦੇ ਮੁੰਡੇ ਦੀ ਆਪ 25-28 ਸਾਲ ਉਮਰ ਹੋਊਗੀ, ਉਹ ਵੀ ਕੁਛ ਕਮਾ ਕੇ ਲਿਆਉਂਦਾ ਅਤੇ ਉਹਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਇੱਕ ਛੋਟੀ ਬੇਟੀ ਆ ਉਹਦੀ। ਅਤੇ ਜਦੋਂ ਅਸੀਂ ਜਦੋਂ ਡਾਕਟਰਾਂ ਨੇ ਵੀਰ ਜੀ ਦੱਸਿਆ ਕਿ ਇਹਦੀ ਲੱਤ ਵੱਢਣੀ ਪੈਣੀ ਆ, ਅਸੀਂ ਸਾਰੇ ਪਹਿਲਵਾਨਾਂ ਵੀਰਾਂ ਨੇ ਆਪਣੇ ਕੋਲੋਂ ਸਾਡੀ ਮਿਹਨਤ ਦੀ ਕਮਾਈ ਨਾਲ ਅਸੀਂ ਉਹਨਾਂ ਦਾ ਇਲਾਜ ਕਰਾਇਆ। ਸਾਡੇ ਦਿਲ ਬੜੇ ਨਰਮ ਸੁਭਾਅ ਦੇ ਹੁੰਦੇ ਆ, ਅਤੇ ਅਸੀਂ ਜਿਹੜੀ ਸਾਡੀ ਖੂਨ ਪਸੀਨੇ ਦੀ ਕਮਾਈ ਸੀ ਨਾ, ਅਸੀਂ ਉਹ ਆਪਣੇ ਕੋਲੋਂ ਲਾਉਣੀ ਸ਼ੁਰੂ ਕਰ ਦਿੱਤੀ। ਅਸੀਂ ਕਿਹਾ ਇਹਦੀ ਲੱਤ ਨਹੀਂ ਵੱਢੀ ਜਾਣੀ ਚਾਹੀਦੀ, ਕਿਸੇ ਵੀ ਤਰ੍ਹਾਂ ਦੀ ਲੱਤ ਬਚਣੀ ਚਾਹੀਦੀ ਆ। ਉਸ ਤੋਂ ਬਾਅਦ 2-2.5 ਲੱਖ ਰੁਪਇਆ ਅਸੀਂ ਅਮਨਦੀਪ ਹੋਸਪਿਟਲ ਦੇ ਵਿੱਚ ਲਾਇਆ। ਫਿਰ ਵੀਰ ਜੀ ਜਦੋਂ 2 ਲੱਖ ਰੁਪਇਆ ਪੈਂਡਿੰਗ ਹੋ ਗਿਆ, ਸਾਨੂੰ ਡਾਕਟਰ ਨੇ ਕਿਹਾ ਵੀ ਤੁਸੀਂ 2 ਲੱਖ ਰੁਪਇਆ ਦਿਓ ਅਤੇ ਫਿਰ ਤੁਸੀਂ ਪੇਸ਼ੈਂਟ ਕੱਢ ਸਕਦੇ ਜੇ। ਅਸੀਂ ਕਿਹਾ ਵੀ ਜੇ ਅਸੀਂ ਇੰਨੇ ਪੈਸੇ ਲਾ ਲਏ ਆ ਅਤੇ ਅਸੀਂ 2 ਲੱਖ ਰੁਪਇਆ ਡਿਸਚਾਰਜ ਕਰਾ ਲਈ, ਲੋਕ ਸਾਨੂੰ ਕਹਿੰਦੇ ਵੀ ਤੁਸੀਂ ਸਰਕਾਰੀ ਹੋਸਪਿਟਲ 'ਚ ਕਰਾ ਲਓ। ਅਸੀਂ ਕਿਹਾ ਵੀ ਇਹਦੀ ਲੱਤ ਨਹੀਂ ਵੱਜੀ ਹੋਣੀ ਚਾਹੀਦੀ, ਲੱਤ ਬਚਣੀ ਚਾਹੀਦੀ ਆ। ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਅਨਮੋਲ ਕਵਤਰਾ ਨਾਂ ਦੀ ਟੀਮ ਆ, ਬਹੁਤ ਜ਼ਿਆਦਾ ਸੇਵਾ ਕਰਦੀ, ਤੁਸੀਂ ਉਹਨਾਂ ਦਾ ਕੰਟੈਕਟ ਕਰੋ। ਅਸੀਂ ਉਹਨਾਂ ਦਾ ਕੰਟੈਕਟ ਕੀਤਾ, ਅਨਮੋਲ ਕਵਤਰਾ ਜੀ ਨੇ ਕਿਹਾ ਵੀ ਤੁਸੀਂ ਗੁਰੂ ਨਾਨਕ ਹੋਸਪਿਟਲ ਆ ਜਾਓ। ਗੁਰੂ ਨਾਨਕ ਹੋਸਪਿਟਲ ਮੇਰੀ ਟੀਮ ਖੜ੍ਹੀ ਆ, ਪਹਿਲਾਂ 2 ਘੰਟੇ ਟੀਮ ਦੀ ਵੇਟ ਕੀਤੀ, ਕੋਈ ਇੱਥੇ ਨਹੀਂ ਸੀ ਭਾਜੀ, 9:30 ਹੋ ਗਏ, 2-2.5 ਘੰਟੇ ਫਿਰ ਵੇਟ ਕੀਤੀ, ਇੱਥੇ ਕੋਈ ਨਹੀਂ ਸੀ। ਆਪਾਂ ਮੁੜ ਕੇ ਉਹਨਾਂ ਨੂੰ ਕਾਲ ਕੀਤੀ, ਕਾਲ ਕਰਨ ਦਰਮਿਆਨ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਮਤਲਬ 2 ਲੱਖ ਰੁਪਇਆ ਅਸੀਂ 5-7 ਹਜ਼ਾਰ ਰੁਪਇਆ ਦੇ ਦਾਂਗੇ, ਅਤੇ ਬਾਕੀ ਤੁਸੀਂ 1,95,000 ਰੁਪਇਆ ਤੁਸੀਂ ਆਪ ਕਰ ਲਓ। ਅਤੇ ਫਿਰ ਵੀਰ ਵੱਡੇ ਨੇ ਕਿਹਾ ਵੀ ਅਸੀਂ ਇੱਦਾਂ ਕਰੋ, ਤੁਸੀਂ 1,99,000 ਅਸੀਂ ਪਾ ਦਿੰਦੇ ਹਾਂ, ਅਤੇ ਤੁਸੀਂ 1,000 ਰੁਪਈਆ ਲੈ ਕੇ ਤਾਂ ਵੀ ਟੀਮ ਲੈ ਕੇ ਆ ਜਾਓ, ਅਤੇ ਇੱਥੇ ਆ ਕੇ ਵਾਇਰਲ ਹੋ ਜਾਓ ਵੀ ਅਨਮੋਲ ਕਵਤਰ ਦੀ ਟੀਮ ਨੇ ਇਹ ਕੰਮ ਕੀਤਾ। ਅਤੇ ਅਸੀਂ ਕਿਹਾ ਵੀ ਇਹ ਸਾਰੀਆਂ ਮਤਲਬ ਅਸੀਂ ਵੀ ਨਹੀਂ ਉਹਨੂੰ ਜਾਣਦੇ ਨਹੀਂ ਹਾਂ, ਸੋਸ਼ਲ ਮੀਡੀਆ ਰਾਹੀਂ ਜਾਤੀ ਦੁਸ਼ਮਣੀ ਨਹੀਂ ਵੀ ਸੇਵਾ ਕਰਦਾ ਬੰਦਾ ਜਾਂ ਵਧੀਆ ਵਾ, ਅਸੀਂ ਸਗੋਂ ਉਹਨੂੰ ਅੱਜ ਫਸਟ ਵਾਰੀ ਸਾਨੂੰ ਹੈਲਪ ਦੀ ਲੋੜ ਪਈ। ਅਸੀਂ ਕਿਹਾ ਵੀ ਚਲੋ ਵੀ ਜੇ ਅਸੀਂ 2-2.5 ਲਾਤਾ ਤਾਂ ਸਾਡੀ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਆ, ਅਤੇ ਚਲੋ ਇਹ ਕਰ ਦੇਣਗੇ ਟੀਮ ਦੀ ਹੈਲਪ, ਉਹਦੀ ਹੈਲਪ ਕਰ ਦੇਣਗੇ, ਪੇਸ਼ੈਂਟ ਦੀ ਹੈਲਪ ਕਰ ਦੇਣਗੇ। ਪਰ ਇਹ ਕੋਈ ਨਹੀਂ, ਜੇ ਕੋਈ ਉਹ ਸਾਨੂੰ ਉਲਟਾ ਸਾਨੂੰ ਗੁਰਵਿੰਦਰ ਨਾਂ ਦਾ ਬੰਦਾ ਸਾਨੂੰ ਕਹਿੰਦਾ ਤੁਸੀਂ ਸਰਕਾਰੀ ਲੈ ਆਓ ਉਹਨਾਂ ਨੂੰ। ਅਸੀਂ ਕਿਹਾ ਜੇ ਸਰਕਾਰੀ ਵੀ ਲਿਆਈਏ ਤਾਂ ਪਹਿਲਾਂ ਤਾਂ ਸਾਡੇ ਦੂਜੇ ਪੈਸਿਆਂ 'ਤੇ ਪਾਣੀ ਪੈ ਜਾਂਦਾ ਸਾਰਿਆਂ 'ਤੇ, ਉਹਦੀ ਉਹਦੀ ਲੱਤ ਵੱਲੋਂ, ਅਤੇ ਦੂਜਾ 2 ਲੱਖ ਰੁਪਇਆ ਦੇ ਕੇ ਆਪਾਂ ਡਿਸਚਾਰਜ ਕਰਨਾ। ਆਪਾਂ ਇੱਥੇ ਆਏ ਅਤੇ ਕੋਈ ਭੈਣ ਸੀ ਉਹਦੀ ਗੁੱਡੀ ਆਪ ਹੀ ਦੱਸਦੇ ਗੱਲ।
ਇੱਥੇ ਆਏ ਤੇ ਹੈਲਪ ਦੱਸਦੇ ਹਾਂ ਕਿੱਦਾਂ ਦੀ ਹੁੰਦੀ ਆ। ਅਸੀਂ ਚਾਹੁੰਦੇ ਨਹੀਂ ਹਾਂ ਕਿ ਅਸੀਂ ਜਿਹੜੀ ਹੈਲਪ ਕੀਤੀ ਆ ਉਸ ਨੂੰ ਅਸੀਂ ਵਾਇਰਲ ਕਰੀਏ। ਇੱਦਾਂ ਦੀਆਂ ਹੈਲਪਾਂ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਪਤਾ ਨਹੀਂ ਕਿੰਨੀਆਂ ਕੀਤੀਆਂ, ਪਰ ਅੱਜ ਤੱਕ ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਨਹੀਂ ਹੋਏ। ਸਾਡੇ ਦਿਲ ਨਰਮ ਨੇ, ਅਸੀਂ ਹੈਲਪ ਕਰ ਦਿੰਦੇ ਹਾਂ, ਪਰ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰੋ। ਅਸੀਂ ਬਾਹਰ ਖੜ੍ਹੇ ਅਨਮੋਲ ਕਵਾਤਰਾ ਦੀ ਟੀਮ ਦਾ ਇੰਤਜ਼ਾਰ ਕਰ ਰਹੇ ਹਾਂ। ਕੋਈ ਬੀਬੀ ਆਈ ਵਿਚਾਰੀ, ਕੋਈ 35-40 ਸਾਲ ਦੀ ਉਮਰ ਹੋਣੀ ਆ, ਮੂੰਹ 'ਤੇ ਪਸੀਨਾ ਖੱਪੀ, ਜਿਹਦੇ ਕੋਲ ਤੁਰਨ ਦੀ ਵਾਹ ਨਹੀਂ ਆ, ਉਹਦੇ ਹੱਥ 'ਤੇ ਉਹਨੇ ਗੁੜੀਆ ਚੁੱਕੀ, ਪੰਜ ਸਾਲ ਦੀ ਛੋਟੀ ਬੱਚੀ, ਉਹਨੂੰ ਇੰਨਾ ਜ਼ਿਆਦਾ ਬੁਖਾਰ ਸੀ ਕਿ ਮੈਂ ਵੀ, ਭਾਅ ਜੀ ਨੇ ਵੀ ਉਹਦੇ ਹੱਥ ਲਾ ਕੇ ਵੇਖਿਆ ਅਤੇ ਮੈਂ ਵੀ ਉਹਦੇ ਉਂਗਲਾਂ ਲਾ ਕੇ ਵੇਖੀਆਂ ਕਿ ਜਿਹਨੂੰ ਕਾਫ਼ੀ ਜ਼ਿਆਦਾ, ਸਾਨੂੰ ਖੁਦ ਨੂੰ ਲੱਗਾ ਵੀ ਇਹਨੂੰ ਬੁਖਾਰ ਆ। ਅਸੀਂ ਆਏ ਹਾਂ ਮੋਂਡ ਕਵਾਤਰਾ ਦੀ ਟੀਮ ਨੂੰ, ਅਸੀਂ ਉਹਨਾਂ ਨੂੰ ਹੈਲਪ ਲੈਣ ਆਏ ਹਾਂ, ਠੀਕ ਆ। ਅਤੇ ਅਸੀਂ ਅਸੀਂ ਫਿਰ ਵੀ ਕਹਿਣਾ ਨਹੀਂ ਚਾਹੁੰਦੇ, ਅਸੀਂ ਵਾਇਰਲ ਨਹੀਂ ਹੋਣਾ ਚਾਹੁੰਦੇ ਵੀ ਅਸੀਂ ਹੈਲਪ ਕੀਤੀ ਆ। ਜਿੰਨੇ ਕੁ ਅਨਮੋਲ ਕਵਾਤਰਾ ਦੀ ਟੀਮ ਸਾਡੇ ਸਾਨੂੰ ਪੈਸੇ ਦੇਣ ਦੀ ਗੱਲ ਕਰ ਰਹੀ ਆ, ਉਨੇ ਕੁ ਅਸੀਂ ਇਸ ਗੁੜੀਆਂ 'ਤੇ ਹੁਣ 5-7 ਹਜ਼ਾਰ ਰੁਪਈਆ ਉੱਦਾਂ ਵੀ ਲਾ ਤਾ। ਅਤੇ ਜੇ ਅਨਮੋਲ ਕਵਾਤਰਾ ਦੀ ਟੀਮ ਦੇ ਸਿਰ 'ਤੇ ਬੈਠੇ ਰਹਿੰਦੇ ਤਾਂ ਫਿਰ ਉਹ ਜਿਹੜੀ ਜਿਹੜਾ ਲੱਤ ਵਾਲਾ ਵੀਰ ਸੀ ਉਹ ਤਾਂ ਫਿਰ ਡਿਸਚਾਰਜ ਅਜੇ ਹੋ ਗਿਆ। ਜੇ ਇਹ ਅਨਮੋਲ ਇਸ ਟਾਈਮ ਹੀ ਅਸੀਂ ਆਣਗੇ ਹੋਸਪਿਟਲ ਦੇ ਵਿੱਚ ਹਾਂ, ਖੜ੍ਹੇ ਆ ਬੀਬੀ ਨਾਲ, ਉਹ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਵੀ ਚੀਜ਼। ਛੋਟੀ ਬੱਚੀ ਹੈ ਜੀ, ਆਹ ਕਰਿਓ ਵੀਰ ਜੀ, ਆਹ ਛੋਟੀ ਬੱਚੀ ਹੈ ਜਿਹੜੀ ਠੀਕ ਨਹੀਂ ਸੀ, ਆਹ ਨਾਲ ਬੀਬੀ ਆ, ਬੀਬੀ ਜੀ ਆ ਜਿਹੜੀ ਆਈ ਸੀ ਜਦੋਂ ਆਪਾਂ ਉੱਥੇ ਖੜੇ ਸਾਂ। ਭੈਣ ਜੀ ਸਾਡੀ ਕੋਈ ਸੰਸਥਾ ਤਾਂ ਨਹੀਂ ਆ, ਅਸੀਂ ਤੁਹਾਨੂੰ ਇਹ ਨਹੀਂ ਕਿਹਾ, ਅਸੀਂ ਸੰਸਥਾ ਵੱਲੋਂ ਪੈਸੇ ਦੇ ਰਹੇ ਹਾਂ। ਇੱਕ ਤਰਸ ਦੇ ਆਧਾਰ 'ਤੇ ਇਹਨਾਂ ਦੀ ਹਾਲਾਤ ਵੇਖ ਕੇ ਅਸੀਂ ਇਹਨਾਂ ਦੀ ਜਿੰਨੀ ਸਾਡੇ ਕੋਲ ਹੋ ਸਕੀ ਵੱਧ ਤੋਂ ਵੱਧ ਅਸੀਂ ਹੈਲਪ ਕੀਤੀ। ਆਏ ਅਸੀਂ ਖੁਦ ਇੱਥੇ ਹੈਲਪ ਲੈਣ ਆ, ਪਰ ਜਿੱਦਾਂ ਅਨਮੋਲ ਕਵਾਤਰਾ ਦੀ ਟੀਮ ਨੇ ਸਾਨੂੰ ਅੱਗੋਂ ਰਿਸਪੋਂਸ ਦਿੱਤਾ, ਉਸ ਹਿਸਾਬ ਨਾਲ ਪਤਾ ਲੱਗ ਗਿਆ ਕਿ ਇਹ ਲੋਕ ਕਿੰਨੀ ਕੁ ਕਿਸੇ ਦੀ ਹੈਲਪ ਕਰਦੇ। ਅਸੀਂ ਫਿਰ ਵੀ ਕਹਿੰਦੇ ਹਾਂ ਕਿ ਅਸੀਂ ਕੋਈ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਮਰ ਨਹੀਂ ਕੀਤੇ। ਜਿੱਦਾਂ ਸਿਰੋਂ ਬੰਦੇ ਦੇ ਪਾਣੀ ਲੰਘ ਜਾਂਦਾ ਨਾ, ਅਸੀਂ ਉਸ ਹਿਸਾਬ ਨਾਲ ਅੱਜ ਦੱਸਿਆ ਕਿ ਇਹ ਸਭ ਵਿਖਾਵਾ ਸਭ ਵਿਖਾਵਾ ਆ। ਅਤੇ ਇਹਨਾਂ ਤੋਂ ਨਾ ਜਿੰਨਾ ਹੋ ਸਕਦਾ, ਮਤਲਬ ਵੀ ਉਹਨਾਂ ਨੂੰ ਇਹ ਆ ਕਿ ਕੋਈ 2-4 ਹਜ਼ਾਰ ਵਾਲਾ ਕੇਸ ਆਵੇ, ਭੱਜ ਕੇ ਅਸੀਂ ਜਾਈਏ, ਪੈਸੇ ਉਹਨਾਂ ਨੂੰ ਵੱਧ ਆਉਂਦੇ ਆ, 2-4 ਹਜ਼ਾਰ ਰੁਪਈਆ ਫੜਾ ਕੇ ਪਤਾ ਨਹੀਂ ਦੱਸਦੇ ਕਿੰਨਾ ਕੁ ਮਹਿੰਗਾ ਇਲਾਜ ਕਰਾਤਾ, ਅਤੇ ਜਾ ਕੇ ਅਤੇ ਆਪਣਾ ਦੂਜਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਅਤੇ ਸਾਰੇ ਹਿੰਦੁਸਤਾਨ 'ਚ ਆਪਣੀ ਵਾਹ ਵਾਹ ਖੱਟੀ। ਸਾਡੇ ਕੋਲ ਉਹ ਕੰਮ ਨਹੀਂ ਹੈਗਾ। ਇੱਕ ਛੋਟੀ ਜਿਹੀ ਗੱਲ ਵੀਰ ਜੀ, ਹੋਰ ਜਿੰਨੀਆਂ ਅਸੀਂ ਗੱਲਾਂ ਕੀਤੀਆਂ ਸਾਡੀਆਂ ਅਨਮੋਲ ਕਵਾਤਰਾ ਨਾਲ, ਜਿਹੜੀ ਫੋਨ 'ਤੇ ਗੱਲ ਹੋਈ ਆ, ਜਿਹੜੀ ਉਹਦੇ ਗਾਂਹ ਉਹਦੇ ਬੰਦਿਆਂ ਦਾ ਗੁਰਵਿੰਦਰ ਨਾਲ ਗੱਲ ਹੋਈ, ਉਹ ਸਾਡੇ ਕੋਲ ਰਿਕਾਰਡਿੰਗ ਆ, ਇਸ ਵੀਡੀਓ ਦੇ ਨਾਲ ਉਹ ਰਿਕਾਰਡਿੰਗ ਵੀ ਵਾਇਰਲ ਕਰਾਂਗੇ, ਤੁਹਾਨੂੰ ਪਤਾ ਲੱਗ ਜੂਗਾ ਕਿ ਉਹਨਾਂ ਨੇ ਸਾਡੀ ਫੋਨ ਦੇ ਵਿੱਚ ਕੀ ਗੱਲਾਂ ਬਾਤਾਂ ਆਈਆਂ, ਤੁਹਾਨੂੰ ਪਤਾ ਲੱਗ ਜੂ ਕਿਹੜੀ ਗੱਲ ਸਹੀ ਆ ਅਤੇ ਕਿਹੜੀ ਗਲਤ ਆ। ਕੋਈ ਅਸੀਂ